ਸਤਿ ਸ਼੍ਰੀ ਅਕਾਲ ਜੀ ਸਾਰੇ ਇੰਸਟਾ ਵਾਲਿਆਂ ਨੂੰ। ਮੈਨੂੰ ਲੱਗਦਾ ਆਪਾਂ ਲਾਈਵ ਹੋ ਚੁੱਕੇ ਹਾਂ ਤੇ ਅੱਜ ਲਾਈਵ ਹੋਣ ਦਾ ਮਕਸਦ ਇਹ ਹੈ ਕਿ ਜੀ 2 ਦਿਨ ਰਹਿ ਗਏ ਨੇ ਆਪਣਾ ਗਾਣਾ ਆਉਣ ਦੇ ਵਿੱਚ ਪੈਗ ਸ਼ੈਗ, ਤੇ ਜਿਹਨੂੰ ਮੈਂ ਲਿਖਿਆ ਖੁਦ ਆਪ ਤੇ ਖੁਦ ਆਪ ਗਾਇਆ, ਤੇ ਮਿਊਜ਼ਿਕ ਕੀਤਾ ਜੀ ਵੀਰ ਐਕਸ ਰਕੇਸ਼ ਵਰਮਾ ਬਾਈ ਨੇ ਤੇ ਟਰੂ ਮੇਕਰਸ ਬਾਈ ਹੋਣਾ ਵੱਲੋਂ ਵੀਡੀਓ ਤਿਆਰ ਕੀਤੀ ਗਈ ਆ। ਵਾਈਟ ਹਿਲ ਵੱਲੋਂ ਗਾਣਾ ਆਉਣਾ ਜੀ ਤੇ ਗੋਲਡ ਮੀਡੀਆ ਜਿਹੜੇ ਆਨਲਾਈਨ ਪ੍ਰਮੋਸ਼ਨ ਕਰਨਗੇ ਗੋਲਡ ਮੀਡੀਆ ਵੱਲੋਂ ਹੋਊਗੀ ਕੇ ਵੀ ਢਿੱਲੋਂ ਸਾਹਿਬ ਗੁਰੀ ਵੀਰਾ, ਤੇ ਉਸ ਤੋਂ ਅੱਗੇ ਸ਼ੇਅਰ ਤੇ ਸਪੋਰਟ ਕਰਨਾ ਤੁਹਾਡਾ ਕੰਮ ਆ ਜੀ। ਤੁਸੀਂ ਸਾਰਿਆਂ ਨੇ ਦੱਬ ਕੇ ਗਾਣੇ ਨੂੰ ਸ਼ੇਅਰ ਕਰਨਾ ਸਪੋਰਟ ਕਰਨਾ, ਤੇ ਨਾਲ ਨਾਲ ਤੁਹਾਨੂੰ ਅੱਜ ਲੋਹੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਅੱਜ ਲੋਹੜੀ ਆ ਤੇ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ, ਤੰਦਰੁਸਤੀਆਂ ਬਖਸ਼ਣ, ਤੁਸੀਂ ਸਾਰੇ ਖੁਸ਼ ਰਹੋ, ਆਬਾਦ ਰਹੋ, ਜਿਉਂਦੇ ਵਸਦੇ ਰਹੋ ਤੇ ਸਾਡੇ ਗੀਤਾਂ ਨੂੰ ਪਿਆਰ ਕਰਦੇ ਰਹੋ। ਮੈਨੂੰ ਜਦੋਂ ਮੈਂ ਲਾਈਵ ਹੁੰਦਾ ਮੈਨੂੰ ਬਹੁਤ ਘੱਟ ਗੱਲਾਂ ਆਉਂਦੀਆਂ ਹੁੰਦੀਆਂ ਨੇ, ਕਿਉਂਕਿ ਤੁਸੀਂ ਆਪਣੇ ਆਪ ਨਾਲ ਹੀ ਅਸਲ ਦੇ ਵਿੱਚ ਗੱਲਾਂ ਕਰਨੀ ਹੈ ਕਿ ਸ਼ੀਸ਼ੇ ਦੇ ਵਿੱਚ ਤੁਸੀਂ ਬੈਠੇ ਦੇਖ ਰਹੇ ਹੋ ਤੇ ਉੱਥੇ ਤੁਸੀਂ ਸਮਝ ਲਓ ਥੱਲੇ ਸਿਰਫ ਤੁਹਾਨੂੰ ਕਮੈਂਟ ਦੇਖ ਰਹੇ ਨੇ, ਬੰਦਾ ਕੋਈ ਨਹੀਂ ਦੇਖਦਾ, ਪਰ ਤੁਸੀਂ ਉਹ ਸਾਰਿਆਂ ਨੂੰ ਇੱਕ ਸਮਝ ਕੇ ਓਬਜ਼ਰਵ ਕਰਕੇ ਉਹਨਾਂ ਨਾਲ ਗੱਲਾਂ ਕਰਨੀਆਂ ਨੇ। ਸੋ ਬਸ ਇੰਨੀ ਕੁ ਤੁਹਾਨੂੰ ਬੇਨਤੀ ਹੈ ਜੀ ਕਿ ਸਾਡਾ ਗੀਤ ਆ ਰਿਹਾ 16 ਤਰੀਕ ਨੂੰ ਪੈਗ ਸ਼ੈਗ, ਜਿੱਦਾਂ ਤੁਸੀਂ ਆਪਣੇ ਪਹਿਲੇ ਗੀਤਾਂ ਨੂੰ ਪਿਆਰ ਕੀਤਾ ਤੇ ਓਨਾ ਪਿਆਰ ਇਸ ਗੀਤ ਨੂੰ ਵੀ ਦਿਓ, ਉਸ ਤੋਂ ਜ਼ਿਆਦਾ ਪਿਆਰ ਦਿਓ ਪੈਗ ਸ਼ੈਗ। ਕਾਫੀ ਚਿਰ ਬਾਅਦ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਹੁੰਦੇ ਸੀ, ਬੀਟ ਗਾਣਾ ਕਦੋਂ ਆਊਗਾ, ਬੀਟ ਗਾਣਾ ਕਦੋਂ ਆਊਗਾ, ਭੰਗੜੇ ਵਾਲਾ ਗਾਣਾ ਕਦੋਂ ਆਊਗਾ। ਸੋ ਭੰਗੜੇ ਵਾਲਾ ਗਾਣਾ ਆ ਰਿਹਾ ਜੀ 16 ਤਰੀਕ ਨੂੰ, ਨੱਚਣ ਟੱਪਣ ਲਈ ਰੈਡੀ ਹੋ ਜਾਓ, ਪਰਸੋਂ ਨੂੰ ਗਾਣਾ ਆ ਰਿਹਾ। ਸੋ ਸਾਰੇ ਜਾਣੇ ਦੱਬ ਦਿਓ ਕੰਮ, ਆਪਣਾ ਡੀਜਿਆਂ ਤੇ ਗਾਣਾ ਪੂਰਾ ਖੜਕਣਾ ਚਾਹੀਦਾ। ਜਿਹੜੇ ਇਹ ਗਾਣਾ ਸਪੈਸ਼ਲੀ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਗਾਣੇ ਬਾਰੇ ਦੱਸਦਾ, ਜਿੰਨਾ ਕਹਿੰਦੇ ਜਿੰਨਾ ਜਿੰਨਾ ਦੀਆਂ ਫਰੈਂਡਾਂ ਜੱਟ ਦਾ ਸਹਾਰਾ ਲੈ ਕੇ ਉੱਡੀਆਂ ਨੇ ਤੇ ਜਾ ਕੇ ਫੋਨ ਨਹੀਂ ਕੀਤਾ ਉਹਨਾਂ ਨੇ, ਪਰ ਉਹ ਹੀ ਕਹਿੰਦਾ ਵੀ ਹੈਪੀ ਰਾਏ ਕੁੱਟੀ ਮਰਿਆ ਨਾ, ਆਪਾਂ ਪਟਲੀ ਗਲਾਸ ਮੇਟੇ ਉਸਦੀ, ਹੈਪੀ ਰਾਏ ਕੁੱਟੀ ਮਰਿਆ ਨਾ, ਹਾ ਕੁੜੀ ਜੱਟ ਦਾ ਸਹਾਰਾ ਲੈ ਕੇ ਉੱਡ ਗਈ, ਜਾ ਕੇ ਫੋਨ ਵੀ ਕਰਿਆ ਨਾ, ਹੁਣ ਹੱਥਣੇ ਜੇ ਪੈਗ ਸ਼ੈਗ ਲਾ ਕੇ ਉਹਨੂੰ ਮਹਿਫਲਾਂ ਚ ਗਾ ਲੈਨੇ ਆ, ਕਿਸੇ ਕਾਗਜ਼ ਤੇ ਵਾ ਕੇ ਉਹਦੀ ਫੋਟੋ ਮਿੱਤਰੋ ਇਹ ਫਿਰ ਢਾ ਲੈਨੇ ਆ। ਸੋ ਪੈਗ ਸ਼ੈਗ ਜਿਹੜਾ ਲਾਉਣ ਵਾਲੀ ਗੱਲ ਆਪਾਂ ਉਦੋਂ ਕੀਤੀ ਸੀ ਨਾ ਜੱਟ ਦੇ ਸਹਾਰੇ ਵੇਲੇ, ਉਹ ਅਸਲ ਦੇ ਵਿੱਚ ਗੀਤ ਹੁਣ ਨਿਕਲਿਆ ਤੇ ਤੁਹਾਨੂੰ ਗੀਤ ਬਹੁਤ ਪਸੰਦ ਆਊਗਾ। ਸਾਰੇ ਜਾਣੇ ਦੱਬ ਕੇ ਸਪੋਰਟ ਕਰਿਓ, ਸ਼ੇਅਰ ਕਰਿਓ। ਅੱਜ ਸ਼ਾਮ ਨੂੰ ਸੈਕਿੰਡ ਪੋਸਟਰ ਪਾਵਾਂਗੇ ਪੈਗ ਸ਼ੈਗ ਦਾ, 2 ਦਿਨ ਰਹਿ ਗਏ, 16 ਤਰੀਕ ਨੂੰ ਗਾਣਾ ਆ ਜਾਣਾ ਤੇ ਗਾਣਾ ਖਿੱਚਦੇ ਕੰਮ। ਜਿੰਨੇ ਵੀ ਕਮੈਂਟ ਆ ਰਹੇ ਨੇ ਥੱਲੇ, ਸ਼ਿਵਜਨ ਪਾਵਾ ਜੀ, ਆਲਿਆ ਭੱਟ ਬੁੱਲੇ, ਆਲਿਆ ਭੱਟ ਦਾ ਮੈਸੇਜ ਹੈਗਾ, ਠੀਕ ਹੈ। ਕੌਰ ਸੈਨੀ, ਹਨੀ, ਹਰਿਤਿਕ ਬੇਰੀ, ਬੇਰੀ ਜੀ, ਅਸਲੀ ਜੁਗਨੀ, ਲਵ ਯੂ, ਅਸਲੀ ਜੁਗਨੀ ਕਹਿੰਦੀ, ਕਿਉਂਕਿ ਉਹ ਬੁੱਟਰ ਸਾਹਿਬ ਵੱਲੋਂ ਅਡੋਪਟ ਕੀਤੇ ਹੋਏ ਨੇ, ਅਸਲੀ ਜੁਗਨੀ ਜਿਹਨੂੰ ਕੀਤਾ ਹੋਇਆ, ਉਹਨਾਂ ਨੇ ਕਹਿੰਦੀ ਲਵ ਯੂ ਤਾਇਰ ਸਾਰਾ ਚਾਚਾ ਮੈਂ। ਹਰਪ੍ਰੀਤ ਟੰਡਾ, ਮੋਨਿਕਾ ਅੰਡਾ, ਰਾਹੁਲ, ਵਿਕਾਸ, ਵਰਨ ਸਿੰਘ, ਰਾਜੀਵ ਸਿੰਘ, ਇਟਸ ਕਰਨ, ਬਾਬੇ ਵੀਰ ਦਾ ਗਾਇਆ ਤੇ ਉਹ ਗੀਤ ਨੂੰ ਤੁਸੀਂ, ਉਹ ਵੀ ਤੁਹਾਨੂੰ ਬਹੁਤ ਦੁਨੀਆਂ ਭਰ ਦੇ ਜੀਜਿਆਂ ਨੂੰ ਪਸੰਦ ਆਉਣਾ ਗੀਤ, ਤੇ ਉਹਨਾਂ ਲਈ ਵੀ ਡੀਜਿਆਂ ਤੇ ਨੱਚਣ ਦਾ ਖੁੱਲਾ ਸੱਦਾ, ਤੇ ਉਸ ਤੋਂ ਬਾਅਦ ਅਗਲੇ ਦਿਨ ਹੀ ਪੈਗ ਸ਼ੈਗ ਆ ਜਾਣਾ ਤੇ ਉਹ ਵੀ ਦੱਬ ਦੇ ਕੰਮ ਪੈਗ ਸ਼ੈਗ ਆਣਾ, ਠੀਕ ਹੈ। ਟਰੂ ਮੇਕਰ ਬਾਈ ਉਹਨਾਂ ਨੇ ਬਹੁਤ ਘੈਂਟ ਵੀਡੀਓ ਕੀਤਾ ਤੇ ਰਕੇਸ਼ ਜੁਗਨੀ ਨੂੰ ਦੱਬ ਕੇ, ਤੇ ਉਸ ਤੋਂ ਬਾਅਦ ਕੈਮਬੀ ਵੀਰ ਦਾ ਅੱਜ ਗਾਣਾ ਆ ਗਿਆ 20 ਸਾਲ, ਉਹਨੂੰ ਦੱਬ ਕੇ ਸ਼ੇਅਰ ਕਰ ਦਿਓ, ਕਿਉਂਕਿ ਬਸ ਮੈਨੂੰ ਲੱਗਦਾ ਇਹੀ ਅਸਲ ਸਪੋਰਟ ਹੁੰਦੀ ਹੈ ਜਦੋਂ ਤੁਸੀਂ ਸਾਰੇ ਜਾਣੇ ਮੈਸੇਜ ਕਰਦੇ ਹੋ ਨਾ ਆਰਟਿਸਟਾਂ ਨੂੰ ਵੀ ਬਾਈ ਤੁਸੀਂ ਸਪੋਰਟ ਕਰੋ ਜੀ ਕਿਸੇ ਸਿੰਗਰ ਨੂੰ, ਜਾਂ ਅਸਲ 'ਚ ਸਾਡੇ ਨਾਲੋਂ ਜ਼ਿਆਦਾ ਸਪੋਰਟ ਤੁਸੀਂ ਕਰ ਸਕਦੇ ਹੋ ਜਿੰਨਾ ਤੁਸੀਂ ਕੈਮਬੀ ਦੇ ਲਾਈਵ ਨੂੰ ਸ਼ੇਅਰ ਕੀਤਾ ਸੀਗਾ ਨਾ, ਉਸ ਤੋਂ ਤਿੱਗਣਾ ਗਾਣਾ ਸ਼ੇਅਰ ਹੋਣਾ ਚਾਹੀਦਾ, ਫਿਰ ਪਤਾ ਲੱਗੂ ਤੁਸੀਂ ਕਿੰਨਾ ਪਿਆਰ ਕਰਦੇ ਹੋ। ਸੋ ਕੈਮਬੀ ਦਾ ਗਾਣਾ